ਲਰਨ ਪੰਜਾਬੀ ਵਿਦ ਜਗਜੀਤ ਸਰ। ਇਸ ਚੈਨਲ ਦੇ ਸਾਰੇ ਵਿਦਿਆਰਥੀਆਂ ਦਰਸ਼ਕਾਂ ਦਾ ਅਸੀਂ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਅੱਜ ਬੜੇ ਦਿਨਾਂ ਬਾਅਦ ਅਸੀਂ ਇਸ ਚੈਨਲ 'ਤੇ ਇੱਕ ਵੀਡੀਓ ਲੈ ਕੇ ਪੇਸ਼ ਹੋਏ ਹਾਂ, ਜਿੱਦਾਂ ਅਸੀਂ ਪਹਿਲੇ ਕੌਸ਼ਲਾਂ ਦੀ ਗੱਲ 'ਚ ਕਰ ਚੁੱਕੇ ਹਾਂ ਕਿ ਜੋ ਅਧਿਆਪਨ ਹੈ, ਜੋ ਟੀਚਿੰਗ ਹੈ ਔਰ ਜੋ ਸਿੱਖਣ ਔਰ ਅਧਿਆਪਨ ਪ੍ਰੋਸੈਸ ਹੈ, ਉਹਦੇ ਵਿੱਚ ਚਾਰ ਕੌਸ਼ਲਾਂ ਦੀ ਗੱਲ ਹੁੰਦੀ ਹੈ। ਇੱਕ ਸੁਣਨ ਕੌਸ਼ਲ ਹੈ, ਫਿਰ ਇੱਕ ਬੋਲਣ ਕੌਸ਼ਲ ਹੈ, ਉਸ ਤੋਂ ਬਾਅਦ ਪੜ੍ਹਨ ਕੌਸ਼ਲ ਹੈ, ਫਿਰ ਲਿਖਣ ਕੌਸ਼ਲ ਹੈ। ਜਿਹੜੇ ਵਿਦਿਆਰਥੀ ਇਮਤਿਹਾਨ ਦਿੰਦੇ ਨੇ ਉਹਨਾਂ ਦੇ ਜੋ ਪਰਚੇ ਨੇ, ਜੋ ਕੁਐਸਚਨ ਪੇਪਰ ਹੈ, ਉਹਨਾਂ ਵਿੱਚ ਰੀਡਿੰਗ ਸਕਿੱਲ, ਰਾਈਟਿੰਗ ਸਕਿੱਲ, ਇਹ ਦੋਨੋਂ ਚੀਜ਼ਾਂ 'ਤੇ ਬੜਾ ਜ਼ੋਰ ਦਿੱਤਾ ਜਾਂਦਾ। ਜੋ ਲਿਖਣ ਕੌਸ਼ਲ ਹੈ, ਬੱਚੇ ਨੇ ਆਪਣੇ ਸੁਣਨ ਕੌਸ਼ਲ ਤੋਂ ਲੈ ਕੇ ਸਟੈਪ ਵਾਈਜ਼ ਉਹਨੇ ਚੌਥੇ ਕੌਸ਼ਲ 'ਤੇ, ਯਾਨੀ ਲਿਖਣ ਕੌਸ਼ਲ 'ਤੇ ਪਹੁੰਚ ਕੇ ਉਹਨੇ ਪੰਜਾਬੀ ਵਿੱਚ ਆਪਣੀ ਕਲਾ ਨੂੰ ਨਿਖਾਰਨਾ, ਆਪਣੇ ਸਾਹਿਤ ਦੀ ਕਲਾ, ਸਾਹਿਤ ਦੀ ਪ੍ਰਗਟਾਵੇ, ਪੇਸ਼ਕਾਰੀ ਨੂੰ ਨਿਖਾਰਨਾ। ਇਸ ਕਰਕੇ ਜੋ ਇਸਦੀ ਸਹਾਇਤਾ ਲਈ ਜਾਂਦੀ ਹੈ ਲੇਖਾਂ ਦੀ ਔਰ ਰਿਪੋਰਟ ਦੀ, ਇਸ ਤੋਂ ਇਲਾਵਾ ਪੱਤਰਾਂ ਦੀ। ਸਾਡੇ ਇਸ ਚੈਨਲ 'ਤੇ ਦਰਸ਼ਕਾਂ ਦੀ ਮਦਦ ਨਾਲ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਜੋ ਵੀਡੀਓ ਹੈ ਉਹ ਪੱਤਰ ਰਚਨਾ ਹੈ, ਕਿਉਂਕਿ ਪੱਤਰ ਰਚਨਾ ਹੈ ਤਾਂ ਬੜੀ ਸਿੰਪਲ, ਪਰੰਤੂ ਉਸ ਵਿੱਚ ਇਹ ਵਿਚਾਰ ਜ਼ਰੂਰ ਆਉਂਦਾ ਵੀ ਕਿਸ ਪਾਸੇ ਕਿਹੜਾ ਪਤਾ ਲੈਣਾ, ਕਿਉਂਕਿ ਜੋ ਪੱਤਰਾਂ ਦਾ ਜੋ ਟੌਪਿਕਸ ਨੇ ਉਹ ਚੇਂਜ ਨੇ। ਨਿੱਜੀ ਪੱਤਰ ਲਿਖਦੇ ਹਾਂ, ਉਹਦਾ ਪਤਾ ਕਿਸ ਤਰ੍ਹਾਂ ਹੋਏਗਾ, ਉਹਦਾ ਸਾਰਾ ਪੈਟਰਨ ਕਿਸ ਤਰ੍ਹਾਂ ਹੋਏਗਾ। ਜੇ ਅਸੀਂ ਉਪਚਾਰਿਕ ਜਾਂ ਫਾਰਮਲ ਲੈਟਰ ਲਿਖਦੇ ਹਾਂ ਜਾਂ ਰਸਮੀ ਲੈਟਰ ਲਿਖਦੇ ਹਾਂ, ਉਸ ਵਿੱਚ ਜਿਹੜਾ ਉਹਦਾ ਪਤੇ ਦਾ ਪੈਟਰਨ ਹੈ, ਸਾਰੀ ਜੋ ਸਮੱਗਰੀ ਦਾ ਪੈਟਰਨ ਹੈ, ਉਹ ਕਿੱਥੇ ਹੋਏਗਾ, ਕਿਵੇਂ ਹੋਏਗਾ। ਜਦੋਂ ਅਸੀਂ ਵੀਡੀਓ LPO-346 ਬਣਾਈ ਸੀ ਤਾਂ ਅਸੀਂ ਉਸਨੂੰ ਨਵੇਂ ਪੈਟਰਨ ਦੇ ਹਿਸਾਬ ਨਾਲ ਬਣਾਇਆ ਸੀ, ਅਤੇ ਉਸ ਵਿੱਚ ਕਈ ਬੱਚਿਆਂ ਨੂੰ ਔਰ ਕਈ ਜਾਣਨ ਵਾਲਿਆਂ ਨੂੰ ਬੜਾ ਔਖਾ ਹੋਇਆ ਕਿ ਇਹ ਨਵਾਂ ਪੈਟਰਨ ਕਿਉਂ ਹੈ। ਪਰੰਤੂ ਮੈਂ ਦੱਸਦਿਆਂ, ਜਦੋਂ ਦੀ ਕੰਪਿਊਟਰ ਦੀ ਵਰਤੋਂ ਸ਼ੁਰੂ ਹੋਈ ਹੈ ਨਾ, ਕਿਉਂਕਿ ਇੰਗਲਿਸ਼ ਦੇ ਪੈਟਰਨ ਇਸ ਤਰ੍ਹਾਂ ਦੇ ਹੋ ਗਏ ਨੇ ਵੀ ਸਾਰੇ ਲੈਫਟ ਲਾਈਨ, ਕਿਉਂਕਿ ਜੋ ਨਵੀਂ ਲਾਈਨ ਸ਼ੁਰੂ ਕਰਨ ਲੱਗਿਆ ਉਸਨੂੰ ਟੈਬ ਕਰਕੇ ਪਹਿਲੇ ਉਸਨੂੰ ਸੈੱਟ ਕਰਨਾ ਪੈਂਦਾ ਸੀ, ਪਰੰਤੂ ਹੁਣ ਕੰਪਿਊਟਰ ਦੀ ਵਰਤੋਂ ਹੋ ਗਈ ਹੈ, ਥੇਚਲ ਝੰਡਚਾਂ ਘਟੀਆਂ ਨੇ। ਇਸ ਕਰਕੇ ਜੋ ਅੰਗਰੇਜ਼ੀ ਵਾਲੇ ਨੇ, ਹਿੰਦੀ ਵਾਲੇ ਵੀ ਉਹ ਲੈਫਟ ਅਲਾਈਨ ਹੋਏ ਨਹੀਂ, ਖੱਬੇ ਪਾਸੇ ਤੋਂ ਹੀ ਹਰ ਚੀਜ਼ ਸ਼ੁਰੂ ਕਰਨ ਦਾ ਜੋ ਰਿਵਾਜ ਪੈ ਗਿਆ। ਇਸ ਕਰਕੇ LPO-348 ਵਿੱਚ ਅਸੀਂ ਨਵੇਂ ਤਰੀਕੇ ਨਾਲ, ਕਿਉਂਕਿ ਇਹ ਅੱਜ ਦੇ ਸਮੇਂ ਦੀ ਡਿਮਾਂਡ ਹੈ ਔਰ ਜੋ ਜਿਤਨੇ ਮੈਂ ਗ੍ਰਾਮਰ ਦੀਆਂ ਬੁੱਕਸ ਦੇਖਦਾ ਹਾਂ, ਜੋ ਜਮਾਤਾਂ ਵਿੱਚ ਅਧਿਆਪਕ ਪੜ੍ਹਾਉਂਦੇ ਨੇ ਉਹ ਅਜੇ ਵੀ ਪੁਰਾਣੇ ਤਰੀਕੇ ਨਾਲ ਪੜ੍ਹਾਉਂਦੇ ਨੇ। ਤਰੀਕਾ ਗਲਤ ਨਹੀਂ ਹੈ, ਪਰ ਨਵੇਂ ਤਰੀਕੇ ਨੂੰ ਅੱਜ ਦੀਆਂ ਕਿਤਾਬਾਂ ਵਿੱਚ ਅਪਣਾਇਆ ਜਾ ਚੁੱਕਿਆ। ਇਸ ਕਰਕੇ ਜੇ ਆਪ ਜੀ ਨੂੰ ਡਾਊਟ ਹੈ ਵੀ ਇਹਨੂੰ ਲੈਫਟ ਅਲਾਈਨ ਲਿਖਣਾ ਹੈ ਜਾਂ ਮਿਕਸ ਕਰਕੇ ਲਿਖਣਾ ਹੈ, ਤਾਂ ਇਹ ਤੁਹਾਡੀ ਆਪਣੀ ਮਰਜ਼ੀ ਹੈ, ਨੰਬਰ ਨਹੀਂ ਕੱਟੇ ਜਾਣਗੇ, ਪਰੰਤੂ ਤੁਹਾਨੂੰ ਜਿਹੜਾ ਹੈ ਨਾ ਉਹ ਨਵੇਂ ਪੈਟਰਨ ਨੂੰ ਅਪਣਾਉਣਾ ਚਾਹੀਦਾ, ਕਿਉਂਕਿ ਇਹ ਅੱਜ ਦੇ ਸਮੇਂ ਦਾ ਚੇਂਜ ਹੈ, ਅੱਜ ਦੇ ਸਮੇਂ ਦਾ ਬਦਲਾਵ ਹੈ। ਇਸ ਕਰਕੇ ਅਸੀਂ ਇਸ ਨੂੰ ਅਡੋਪਟ ਕਰਦੇ ਹਾਂ। ਅੱਜ ਦੇ ਵੀਡੀਓ ਵਿੱਚ ਮੈਂ ਪੁਰਾਣੇ ਪੈਟਰਨ ਔਰ ਨਵੇਂ ਪੈਟਰਨ ਦੋਨਾਂ ਨੂੰ ਲੈ ਕੇ ਚੱਲਾਂਗਾ। ਹੁਣ ਪੱਤਰ ਜਾਂ ਅਰਜ਼ੀ ਕਹਿੰਦੇ ਕਿਹਨੂੰ ਹੈ? ਪੱਤਰ ਜਾਂ ਅਰਜ਼ੀ ਐਸੀ ਲਿਖਣ ਕਲਾ ਹੈ ਜਿਹੜੀ ਕਿ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਹੈ, ਜਿਸ ਸਮੇਂ ਕਿ ਲਿਖਣ ਵਾਲੇ ਜਾਂ ਪੜ੍ਹਨ ਵਾਲੇ ਬਹੁਤ ਥੋੜ੍ਹੇ ਹੁੰਦੇ ਸੀ, ਪਰੰਤੂ ਆਪਣੇ ਭਾਵਾਂ ਦਾ, ਆਪਣੀ ਜਾਣਕਾਰੀ ਦਾ ਜੋ ਸੰਚਾਰ ਸੀ, ਯਾਨੀ ਆਪਣੇ ਗੱਲਬਾਤ ਦੂਜੇ ਆਪਣੇ ਪਿਆਰਿਆਂ ਤੱਕ ਭੇਜਣੇ ਸੀ। ਇਸ ਕਰਕੇ ਜੋ ਅਨਪੜ੍ਹ ਲੋਕ ਹੈ ਉਹ ਚਿੱਠੀ ਲਿਖਵਾਉਂਦੇ ਸੀ ਅਤੇ ਪੜ੍ਹਵਾਉਂਦੇ ਸੀ, ਅਤੇ ਇਹ ਜੋ ਚਿੱਠੀ ਦੀ ਜੁਗਤ ਹੈ, ਜੋ ਕਲਾ ਹੈ, ਬੜੀ ਪੁਰਾਣੀ ਹੈ ਔਰ ਆਪਣੇ ਦੂਰ ਬੈਠੇ ਕਿਸੇ ਪਿਆਰੇ ਜਾਂ ਕਿਸੇ ਅਧਿਕਾਰੀ, ਕਿਸੇ ਵਪਾਰੀ ਨੂੰ ਆਪਣੀ ਗੱਲ ਪਹੁੰਚਾਉਂਦੇ ਹਾਂ। ਔਰ ਸਭ ਤੋਂ ਚੰਗੀ ਗੱਲ ਹੈ ਕਿ ਇਹ ਜੋ ਪੱਤਰ ਹੈ ਇਹ ਅਜੇ ਵੀ ਜਿਉਂਦਾ ਹੈ ਸਾਡੇ ਸਿਲੇਬਸ ਵਿੱਚ, ਕਿਉਂਕਿ ਜੋ ਨਵੇਂ ਸਿਸਟਮ ਆਉਣ ਦੇ ਨਾਲ, ਸਾਡੇ ਮੋਬਾਈਲ ਆਉਣ ਦੇ ਨਾਲ, ਸਾਡੇ ਈਮੇਲ ਆਉਣ ਦੇ ਨਾਲ, ਇਹ ਜੋ ਪਰੰਪਰਾ ਬੜੀ ਸੁੰਦਰ, ਕਿਉਂਕਿ ਮੈਂ ਆਪਣੇ ਸਮੇਂ ਦੀ ਗੱਲ ਕਰਾਂ, ਜਦੋਂ ਅਸੀਂ ਛੋਟੇ ਹੁੰਦੇ ਸੀ ਉਸ ਸਮੇਂ ਅਸੀਂ ਆਪਣੇ ਪਿੰਡ ਆਪਣੇ ਪਿਆਰਿਆਂ ਨੂੰ, ਬਾਹਰ ਵਿਦੇਸ਼ਾਂ 'ਚ ਬੈਠੇ ਆਪਣੇ ਰਿਸ਼ਤੇਦਾਰ, ਆਪਣੇ ਭੈਣ ਭਰਾਵਾਂ ਨੂੰ ਚਿੱਠੀ ਲਿਖਦੇ ਸੀ, ਤਾਂ ਬੜੀ ਸੁੰਦਰ, ਬੜੇ ਤਰੀਕੇ ਨਾਲ, ਬੜੀ ਲੰਬੀ ਚਿੱਠੀ, ਸਾਰੀਆਂ ਗੱਲਾਂ ਇੱਕਦਮ ਸੀਕੁਐਂਸ ਵਾਈਜ਼ ਪਰੋ ਕੇ ਲੜੀ ਵਿੱਚ ਬੜੇ ਸੁੰਦਰ ਅੱਖਰਾਂ ਵਿੱਚ ਲਿਖਦੇ ਸੀ। ਉੱਧਰੋਂ ਇਹ ਚਿੱਠੀ ਜਾਣ ਨੂੰ 10 ਦਿਨ 15 ਦਿਨ ਲੱਗਦੇ ਸੀ, ਬਾਹਰ ਵਿਦੇਸ਼ਾਂ ਜਾਣ ਨੂੰ ਉਨੇ ਹੀ ਦਿਨ ਵਾਪਸ ਆਉਣ ਨੂੰ ਲੱਗਦੇ ਸੀ, ਅਤੇ ਸਾਨੂੰ ਪੂਰਾ ਮਹੀਨਾ ਭਰ ਉਡੀਕ ਰਹਿੰਦੇ ਸੀ। ਅੱਜ ਕੱਲ੍ਹ ਈਮੇਲ ਦਾ ਜ਼ਮਾਨਾ ਹੈ, ਅੱਜ ਕੱਲ੍ਹ ਮੈਸੇਜ ਦਾ ਜ਼ਮਾਨਾ ਹੈ, ਅੱਜ ਕੱਲ੍ਹ ਵਟਸਐਪ ਦਾ ਜ਼ਮਾਨਾ ਹੈ, ਫੇਸਬੁੱਕ ਦਾ ਜ਼ਮਾਨਾ ਹੈ। ਉਸੇ ਪਲ ਅਸੀਂ ਆਪਣੀ ਬੰਦਿਆਂ ਨਾਲ ਚਿੱਠੀ ਨਹੀਂ ਭੇਜਦੇ, ਸਗੋਂ ਉਹਨਾਂ ਦਾ ਉੱਤਰ ਵੀ ਉਸ ਸਮੇਂ ਤੁਰੰਤ ਪ੍ਰਾਪਤ ਕਰ ਸਕਦੇ ਹਾਂ। ਪਰੰਪਰਾ ਪੁਰਾਣੀ, ਬੜੀ ਸੁੰਦਰ ਪਰੰਪਰਾ ਖਤਮ ਹੁੰਦੀ ਜਾ ਰਹੀ ਹੈ, ਪਰੰਤੂ ਸਿਲੇਬਸ ਵਿੱਚ ਅਜੇ ਵੀ ਜਿਉਂਦੀ ਹੈ, ਕਿਉਂਕਿ ਅਸੀਂ ਆਪਣੇ ਸਿਲੇਬਸ ਵਿੱਚ ਇਸ ਪੁਰਾਣੇ ਗੱਲਬਾਤ ਜਾਂ ਆਪਣੇ ਚਿੱਠੀ ਪੱਤਰ ਦੇ ਲੇਖਣ ਨੂੰ, ਕਿਉਂਕਿ ਕੌਸ਼ਲ ਤੱਕ ਪਹੁੰਚਾਉਣਾ ਨਾ, ਅਸੀਂ ਉਸਦੇ ਸਕਿੱਲ ਨੂੰ ਡਿਵੈਲਪ ਕਰਨਾ ਬੱਚੇ ਦੇ ਲਿਖਣ ਦੇ ਕੌਸ਼ਲ ਨੂੰ। ਇਸ ਕਰਕੇ ਸਾਡੇ ਸਿਲੇਬਸ ਵਿੱਚ ਅਜੇ ਵੀ ਲੇਖ ਨੇ, ਅਜੇ ਵੀ ਚਿੱਠੀ ਪੱਤਰ, ਅਜੇ ਵੀ ਇੱਥੇ ਇਸ਼ਤਿਹਾਰ ਨੇ, ਅਜੇ ਵੀ ਹੋਰ ਚੀਜ਼ਾਂ ਨੇ, ਤਾਂ ਜੋ ਆਪਣੇ ਵਿਦਿਆਰਥੀ ਨੂੰ ਅਸੀਂ ਇਸ ਪੁਰਾਣੀ ਲੁਪਤ ਹੁੰਦੀ ਜਾ ਰਹੀ ਜੋ ਬੜੀ ਖੂਬਸੂਰਤ ਕਲਾ ਹੈ ਚਿੱਠੀ ਪੱਤਰੀ ਦੀ, ਅਸੀਂ ਇਸ ਨਾਲ ਵਾਬਸਤਾ ਕਰਾ ਸਕੀਏ। ਹੁਣ ਅਸੀਂ ਗੱਲ ਕਰਦੇ ਹਾਂ ਵੀ ਚਿੱਠੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਨੇ। ਚਿੱਠੀਆਂ ਨੂੰ ਦੋ ਹਿੱਸਿਆਂ 'ਚ ਵੰਡਿਆ ਜਾ ਸਕਦਾ, ਇੱਕ ਤਾਂ ਰਸਮੀ ਯਾਨੀ ਫਾਰਮਲ ਔਪਚਾਰਿਕ, ਇੱਕ ਤਾਂ ਰਸਮੀ ਚਿੱਠੀਆਂ ਨੇ, ਚਿੱਠੀ ਪੱਤਰ ਨੇ, ਦੂਸਰਾ ਗੈਰ ਰਸਮੀ ਚਿੱਠੀ ਪੱਤਰ ਨੇ। ਰਸਮੀ ਚਿੱਠੀ ਪੱਤਰਾਂ ਵਿੱਚ ਆਉਂਦੇ ਸਕੂਲੀ ਪੱਤਰ, ਜਿਵੇਂ ਬੱਚੇ ਨੇ ਸਕੂਲ ਵਿੱਚ ਦਾਖਲਾ ਲੈਣਾ,
ਉਹਦੇ ਮਾਪਿਆਂ ਵੱਲੋਂ ਮੁੱਖ ਅਧਿਆਪਕ ਨੂੰ, ਹੈੱਡ ਮਾਸਟਰ ਨੂੰ, ਪ੍ਰਿੰਸੀਪਲ ਨੂੰ ਜਾਂ ਚੇਅਰਮੈਨ ਡਾਇਰੈਕਟਰ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ ਨੇ। ਉਹ ਇਸ ਵਿੱਚ ਆਉਂਦਾ ਛੁੱਟੀ ਲੈਣ ਲਈ, ਬਿਮਾਰੀ ਦੀ ਛੁੱਟੀ ਲੈਣ ਲਈ, ਹੋਰ ਤਰ੍ਹਾਂ ਦੀ ਛੁੱਟੀ ਲੈਣ, ਵਿਆਹ ਦੀ ਛੁੱਟੀ ਲੈਣ ਲਈ, ਸੈਕਸ਼ਨ ਬਦਲੀ ਕਰਨ ਲਈ, ਇਸ ਤੋਂ ਇਲਾਵਾ ਮੈਚ ਜਾਂ ਟੂਰ ਜਾਂ ਪਿਕਨਿਕ ਦੀ ਆਗਿਆ ਲੈਣ ਲਈ, ਇਸ ਤੋਂ ਇਲਾਵਾ ਜੁਰਮਾਨਾ ਮਾਫ਼ੀ ਲਈ, ਫੀਸ ਮਾਫ਼ੀ ਲਈ, ਸਰਟੀਫਿਕੇਟ ਜਾਰੀ ਕਰਨ ਲਈ, ਇਹ ਜੋ ਸਾਰੀਆਂ ਸਕੂਲੀ ਪੱਧਰ ਤੱਕ ਜੋ ਅਰਜ਼ੀਆਂ ਲਿਖੀਆਂ ਜਾਂਦੀਆਂ ਨੇ ਜਾਂ ਚਿੱਠੀ ਪੱਤਰ ਰਸਮੀ ਲਿਖੇ ਜਾਂਦੇ ਨੇ। ਰਸਮੀ ਚਿੱਠੀਆਂ ਵਿੱਚ ਜੋ ਦੂਜਾ ਹਿੱਸਾ ਹੈ ਉਹ ਹੈ ਸਰਕਾਰੀ ਜਾਂ ਦਫ਼ਤਰੀ ਚਿੱਠੀਆਂ ਦਾ। ਜਿਹੜੀਆਂ ਚਿੱਠੀਆਂ ਜਾਂ ਪੱਤਰ ਜਾਂ ਬੇਨਤੀ ਪੱਤਰ ਜਾਂ ਐਪਲੀਕੇਸ਼ਨਸ ਅਸੀਂ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਮਹਿਕਮੇ ਵਿੱਚ ਬੈਠੇ ਅਧਿਕਾਰੀ ਨੂੰ ਲਿਖਦੇ ਹਾਂ, ਇਹ ਦਫ਼ਤਰੀ ਪੱਤਰ ਔਰ ਸਰਕਾਰੀ ਪੱਤਰ ਉਸ ਵਿੱਚ ਆਉਂਦੇ ਆ। ਇਹ ਗੈਰ ਸਰਕਾਰੀ ਵੀ ਹੋ ਸਕਦਾ, ਇਸ ਨੂੰ ਅਸੀਂ ਦਫ਼ਤਰੀ ਦੇ ਨਾਂ ਤੋਂ ਵੀ ਕਹਿ ਸਕਦੇ ਹਾਂ। ਪੰਚਾਇਤ ਵਿੱਚ ਆਪਣੀ ਪੰਚਾਇਤ ਬਾਰੇ ਜਾਂ ਕਿਸ ਨੂੰ ਲਿਖਣਾ, ਪੰਚਾਇਤ ਨੂੰ ਲਿਖਣਾ, ਇਸ ਤੋਂ ਇਲਾਵਾ ਬਲਾਕ ਸਮਿਤੀ ਨੂੰ ਲਿਖਣਾ, ਮਿਊਂਸਪਲ ਕਮੇਟੀ ਨੂੰ ਲਿਖਣਾ, ਥਾਣੇ ਨੂੰ ਲਿਖਣਾ, ਇਸ ਤੋਂ ਇਲਾਵਾ ਤਹਿਸੀਲ ਨੂੰ, ਜ਼ਿਲ੍ਹਾ ਪ੍ਰਾਂਤ ਜਾਂ ਕਿਸੇ ਵੀ ਮਹਿਕਮੇ ਦੇ ਜਦੋਂ ਮੁਖੀ ਨੂੰ ਅਸੀਂ ਚਿੱਠੀ ਲਿਖਦੇ ਹਾਂ, ਮੁਖੀ ਉਸਦੇ ਹੈੱਡ ਨੂੰ ਲਿਖਦੇ ਹਾਂ, ਤਾਂ ਇਸ ਵਿੱਚ ਸਰਕਾਰੀ ਚਿੱਠੀਆਂ ਜਾਂ ਇਸ ਨੂੰ ਗੈਰ ਸਰਕਾਰੀ ਔਰ ਸਰਕਾਰੀ ਜਾਂ ਫਿਰ ਦਫ਼ਤਰੀ ਚਿੱਠੀਆਂ ਵੀ ਕਹਿ ਸਕਦੇ ਹਾਂ। ਉਸ ਤੋਂ ਇਲਾਵਾ ਕਿਉਂਕਿ ਅੱਜ ਕੱਲ੍ਹ ਵਪਾਰ ਦੇ ਸੰਬੰਧ ਨੇ, ਘਰਾਂ ਵਿੱਚ ਕਾਫੀ ਸਮਾਨ ਵਪਾਰ ਦੇ ਪੱਖੋਂ ਆਉਂਦਾ, ਇਸ ਕਰਕੇ ਵਪਾਰਕ ਚਿੱਠੀਆਂ ਲਿਖਣਾ ਵੀ ਅੱਜ ਕੱਲ੍ਹ ਇੱਕ ਕਲਾ ਹੈ। ਔਰ ਹਰ ਬੰਦਾ ਇਸ ਨੂੰ ਲਿਖ ਨਹੀਂ ਸਕਦਾ, ਕਿਉਂਕਿ ਜਿਸ ਤਰ੍ਹਾਂ ਕਿ ਪਹਿਲੇ ਹੁੰਦਾ ਸੀਗਾ ਵੀ ਆਪਣੀ ਚਿੱਠੀ ਲਿਖਾਉਣ ਲਈ, ਅੱਜ ਕੱਲ੍ਹ ਵੀ ਜੇ ਪਾਣੀ ਦੇ ਦਫ਼ਤਰ ਜਾਣਾ, ਬਿਜਲੀ ਦੇ ਦਫ਼ਤਰ ਕੁਝ ਕਰਨਾ ਹੈ, ਸਾਨੂੰ ਆਪਣੀ ਚਿੱਠੀ ਲਿਖਣੀ ਪੈਂਦੀ ਹੈ, ਔਰ ਚਿੱਠੀਆਂ ਲਿਖਣ ਵਾਲੇ ਬਹੁਤ ਥੋੜ੍ਹੇ ਹੁੰਦੇ ਨੇ, ਔਰ ਅਸੀਂ ਪੈਸੇ ਦੇ ਕੇ ਇਸ ਚਿੱਠੀ ਲਿਖਣ ਦੇ ਕੰਮ ਨੂੰ ਕਿਸੇ ਹੋਰ ਕੋਲੋਂ ਕਰਵਾਉਂਦੇ ਹਾਂ। ਪਰੰਤੂ ਜੇ ਸਾਡੇ ਬੱਚੇ ਅਸੀਂ ਇਸ ਕੌਸ਼ਲ ਵਿੱਚ ਨਿਪੁੰਨ ਹੋਈਏ ਤਾਂ ਫਿਰ ਅਸੀਂ ਆਪਣੀ ਚਿੱਠੀ, ਆਪਣੇ ਵਿਚਾਰ ਆਪ ਹੀ ਸਹੀ ਢੰਗ ਨਾਲ ਪਰੋ ਕੇ ਅਸੀਂ ਉਸ ਮਹਿਕਮੇ ਦੇ ਮੁਖੀ ਤੱਕ ਪਹੁੰਚਾ ਸਕਦੇ ਹਾਂ। ਵਪਾਰਕ ਚਿੱਠੀਆਂ ਵਿੱਚ ਕੀ ਹੈ ਵੀ ਅਸੀਂ ਕੋਈ ਚੀਜ਼ ਖਰੀਦਣੀ ਹੈ, ਕੋਈ ਵੇਚਣੀ ਹੈ, ਕੋਈ ਚੀਜ਼ ਮੰਗਵਾਉਣੀ ਹੈ, ਕਿਸੇ ਚੀਜ਼ ਖਰੀਦੀ ਚੀਜ਼ ਬਾਰੇ ਸਾਨੂੰ ਕੋਈ ਸ਼ਿਕਾਇਤ ਹੈ, ਤਾਂ ਅਸੀਂ ਇਹ ਜੋ ਕਿਸੇ ਵੀ ਵਪਾਰਕ ਸੰਸਥਾ ਦੇ ਮੁਖੀ ਨੂੰ, ਭਾਵੇਂ ਕਿਸੇ ਪਬਲਿਸ਼ਰ ਨੂੰ ਲਿਖਦੇ ਹਾਂ, ਭਾਵੇਂ ਕਿਸੇ ਸ਼ੋਅਰੂਮ ਦੇ ਅਧਿਕਾਰੀ ਨੂੰ ਲਿਖਦੇ ਹਾਂ, ਭਾਵੇਂ ਕਿਸੇ ਹੋਰ ਜਗ੍ਹਾ ਦੇ ਮੈਨੇਜਰ ਨੂੰ ਲਿਖਦੇ ਹਾਂ, ਕਿਸੇ ਵੀ ਚੀਜ਼ ਦੇ ਖਰੀਦਣ, ਵੇਚਣ, ਮੰਗਵਾਉਣ ਜਾਂ ਸ਼ਿਕਾਇਤ ਬਾਰੇ, ਇਸ ਨੂੰ ਅਸੀਂ ਵਪਾਰਕ ਚਿੱਠੀਆਂ ਕਹਿੰਦੇ ਹਾਂ। ਦੂਸਰਾ ਸੰਪਾਦਕੀ, ਜਿਹੜੀਆਂ ਕਿ CBSE ਵਿੱਚ ਪੰਜਾਬੀ ਦੇ 12ਵੀਂ ਜਮਾਤ ਵਿੱਚ 11ਵੀਂ ਜਮਾਤ ਵਿੱਚ ਆਉਂਦੀਆਂ ਨੇ ਸੰਪਾਦਕੀ ਚਿੱਠੀਆਂ। ਇਸ ਵਿੱਚ ਕੀ ਹੁੰਦਾ ਵੀ ਅਖਬਾਰ ਦੇ ਕਿਸੇ ਵੀ ਪੰਜਾਬੀ, ਇੱਥੇ ਮੈਂ ਪੰਜਾਬੀ ਦੀ ਗੱਲ ਕਰਿਆ, ਕਿਸੇ ਵੀ ਪੰਜਾਬੀ ਅਖਬਾਰ ਦੇ ਸੰਪਾਦਕ, ਯਾਨੀ ਇੱਥੇ ਐਡੀਟਰ ਵੀ ਲਿਖ ਸਕਦੇ ਹਾਂ, ਅੰਗਰੇਜ਼ੀ ਦਾ ਸ਼ਬਦ ਹੈ, ਪੰਜਾਬੀ ਹਿੰਦੀ ਦਾ ਸ਼ਬਦ ਹੈ ਸੰਪਾਦਕ, ਅਤੇ ਸੰਪਾਦਕੀ ਚਿੱਠੀਆਂ ਵਿੱਚ ਕਿਸੇ ਇਲਾਕੇ ਦੀਆਂ ਸਮੱਸਿਆਵਾਂ, ਇਲਾਕੇ ਦੀਆਂ ਪ੍ਰਾਪਤੀਆਂ, ਇਲਾਕੇ ਦੀਆਂ ਜੋ ਚਿੰਤਾਵਾਂ ਨੇ, ਜੋ ਪ੍ਰੋਬਲਮਸ ਨੇ, ਉਹਨਾਂ ਨੂੰ ਚਿੱਠੀ ਦੇ ਰਾਹੀਂ, ਚਿੱਠੀ ਕਿਸੇ ਜ਼ਰੀਏ ਜਾ ਸਕਦੀ ਹੈ, ਭਾਵੇਂ ਈਮੇਲ ਦੇ ਜ਼ਰੀਏ ਜਾਂਦੀ ਹੈ, ਭਾਵੇਂ ਲਿਖਤੀ ਤੌਰ 'ਤੇ ਜਾਂਦੀ ਹੈ, ਭਾਵੇਂ ਟਾਈਪ ਕਰਾ ਕੇ ਜਾਂਦੀ ਹੈ, ਪਰੰਤੂ ਇਹ ਚਿੱਠੀਆਂ ਦੇ ਅਲੱਗ ਅਲੱਗ ਰੂਪ ਨੇ। ਹੁਣ ਚਿੱਠੀਆਂ ਰਾਹੀਂ ਅਖਬਾਰਾਂ ਨੂੰ ਆਪਣੇ ਵਿਚਾਰ ਦਿੱਤੇ ਜਾਂਦੇ ਨੇ ਤਾਂ ਕਿ ਉਹ ਵਿਚਾਰਾਂ ਨੂੰ ਆਪਣੀ ਅਖਬਾਰ ਵਿੱਚ ਛਾਪਣ, ਕਿਉਂਕਿ ਉਹ ਇੱਕ ਮਾਸ ਮੀਡੀਆ ਹੈ, ਇੱਕ ਜਨ ਸੰਪਰਕ ਦਾ ਸਾਧਨ ਹੈ ਅਖਬਾਰ, ਅਤੇ ਅਖਬਾਰ ਵਿੱਚ ਛਪੀ ਇੱਕ ਖਬਰ ਨੂੰ ਹਜ਼ਾਰਾਂ ਲੱਖਾਂ ਲੋਕ ਇੱਕੋ ਸਮੇਂ ਪੜ੍ਹਦੇ ਨੇ ਔਰ ਆਪਣੇ ਵਿਚਾਰਾਂ ਨੂੰ ਉਹ ਇੱਕ ਰੂਪ ਦਿੰਦੇ ਨੇ। ਇਸ ਦਾ ਜੋ ਪ੍ਰਭਾਵ ਹੈ ਉਹ ਸਮਾਜ 'ਤੇ ਪੈਂਦਾ। ਜ਼ਿਆਦਾਤਰ ਵਿਦਿਆਰਥੀਆਂ ਨੂੰ ਇਹਨਾਂ ਦੇ ਨੁਕਤਿਆਂ ਬਾਰੇ ਜਿਹੜੀ ਹੈ ਨਾ, ਉਹ ਬੜੀ ਪ੍ਰੋਬਲਮ ਹੁੰਦੀ ਹੈ ਵੀ ਕਿਵੇਂ ਲਿਖਣਾ ਹੈ, ਕਿੱਥੇ ਲਿਖਣਾ ਹੈ, ਵਿਚਕਾਰ ਲਿਖਣਾ ਹੈ, ਸੱਜੇ ਲਿਖਣਾ ਹੈ, ਖੱਬੇ ਲਿਖਣਾ ਹੈ, ਇਸ ਦਾ ਪੈਟਰਨ ਕੀ ਹੋਏਗਾ, ਇਸ ਦਾ ਨਮੂਨਾ ਕੀ ਹੋਏਗਾ। ਅਤੇ ਜਿਵੇਂ ਕਿ ਅਸੀਂ ਪਹਿਲੇ ਗੱਲ ਕਰ ਚੁੱਕੇ ਹਾਂ, ਹੁਣ ਵੀ ਗੱਲ ਕਰ ਰਹੇ ਹਾਂ ਵੀ ਪੈਟਰਨ ਇਸ ਕਰਕੇ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਕਿਉਂਕਿ ਕੰਪਿਊਟਰ ਦੀ ਵਰਤੋਂ ਕਰਕੇ ਅੰਗਰੇਜ਼ੀ ਵਾਲੇ ਹਿੰਦੀ ਵਾਲਿਆਂ ਨੇ ਸਾਰਾ ਕੁਝ ਖੱਬੇ ਪਾਸੇ ਲਿਖਣਾ ਸ਼ੁਰੂ ਕਰਤਾ ਹੈ, ਭਾਵੇਂ ਇੱਥੇ ਖਤ ਦੀ, ਚਿੱਠੀ ਦੀ, ਪੱਤਰ ਦੀ ਉਹ ਸੁੰਦਰਤਾ, ਜੋ ਉਸਦਾ ਪੈਟਰਨ ਦੀ ਸੁੰਦਰਤਾ ਖਤਮ ਹੋ ਚੁੱਕੀ ਹੈ, ਪਰੰਤੂ ਇਹ ਠੀਕ ਹੈ, ਅੱਜ ਦੇ ਸਮੇਂ ਦੀ ਮੰਗ ਹੈ, ਇਸ ਕਰਕੇ ਸਾਨੂੰ ਇਸ ਨੂੰ ਅਡੋਪਟ ਕਰਨਾ ਪਏਗਾ, ਅਪਣਾਉਣਾ ਪਏਗਾ। ਜਦੋਂ ਅਸੀਂ ਰਸਮੀ ਚਿੱਠੀ ਤੋਂ ਬਾਅਦ ਗੈਰ ਰਸਮੀ ਚਿੱਠੀਆਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਲੱਗਦਾ ਵੀ ਆਪਣੇ ਤੋਂ ਵੱਡਿਆਂ ਨੂੰ ਜਿਹੜੀਆਂ ਚਿੱਠੀਆਂ ਅਸੀਂ ਆਪਣੇ ਪਿਆਰਿਆਂ ਨੂੰ ਲਿਖਦੇ ਹਾਂ, ਆਪਣੇ ਤੋਂ ਛੋਟਿਆਂ ਨੂੰ ਲਿਖਦੇ ਹਾਂ ਔਰ ਆਪਣੇ ਮਿੱਤਰਾਂ ਜਾਂ ਹਾਣਦਿਆਂ ਨੂੰ ਲਿਖਦੇ ਹਾਂ, ਉਹਨਾਂ ਵਿੱਚ ਤਕਰੀਬਨ ਸਮੱਗਰੀ ਹੋਈ ਰਹਿੰਦੀ ਹੈ, ਪਰ ਜੋ ਸੰਬੋਧਨ ਹੈ ਨਾ ਉਹ ਥੋੜ੍ਹਾ ਬਦਲ ਜਾਂਦਾ, ਜੋ ਲਿਖਣ ਦਾ ਜੋ ਟੋਨ ਹੈ, ਜੋ ਸਤਿਕਾਰ ਦੀ ਭਾਵਨਾ, ਉਸ ਵਿੱਚ ਥੋੜ੍ਹਾ ਬਹੁਤ ਜਿਹੜਾ ਨਾ ਉਹ ਬਦਲਾਅ ਆਉਂਦਾ। ਇਸ ਕਰਕੇ ਇਹ ਜੋ ਇਹਨਾਂ ਵੱਲ ਖਾਸ ਧਿਆਨ ਦੇਣਾ ਪੈਂਦਾ। ਇਹ ਜੋ ਨਿੱਜੀ ਪੱਤਰ ਨੇ, ਇਹਨਾਂ ਵਿੱਚ ਕੀ ਕੁਛ ਗੱਲ ਬਿਆਨ ਕੀਤੀ ਜਾਂਦੀ ਹੈ, ਇਹਨਾਂ ਨਿੱਜੀ ਪੱਤਰਾਂ ਵਿੱਚ ਆਪਣੇ ਤੋਂ ਵੱਡਿਆਂ, ਆਪਣੇ ਹਾਣਦਿਆਂ ਨੂੰ, ਆਪਣੇ ਤੋਂ ਛੋਟਿਆਂ ਨੂੰ ਆਪਣੇ ਆਮ ਜਾਣਕਾਰੀ ਘਰ ਬਾਹਰ ਦੀ, ਇਸ ਤੋਂ ਇਲਾਵਾ ਨਿੱਜੀ ਵਿਚਾਰ ਪੇਸ਼ ਕੀਤੇ ਜਾਂਦੇ ਨੇ, ਨਾਲ ਹੀ ਸੱਦੇ ਪੱਤਰ ਭੇਜੇ ਜਾਂਦੇ ਨੇ, ਨਾਲ ਹੀ ਸੰਦੇਸ਼ ਭੇਜੇ ਜਾਂਦੇ ਨੇ, ਇਹ ਨਿੱਜੀ ਪੱਤਰਾਂ ਦੇ ਮੁੱਖ ਵਿਸ਼ੇ ਨੇ। ਉਸ ਤੋਂ ਇਲਾਵਾ ਹੁਣ ਅਸੀਂ ਗੱਲ ਕਰਦੇ ਹਾਂ ਪੈਟਰਨ ਦੀ, ਚਿੱਠੀ ਪੱਤਰ ਲਿਖਣ ਦੇ ਪੈਟਰਨ ਦੀ, ਇਹਦਾ ਪੱਤਰ ਦਾ ਹਿੱਸਾ ਕਿਹੜਾ। ਤਾਂ ਸਭ ਤੋਂ ਪਹਿਲੀ ਗੱਲ ਹੈ ਵੀ ਉਹਦਾ ਪਤਾ ਅਤੇ ਉਹਦੀ ਮਿਤੀ, ਜਿਵੇਂ ਕਿ ਅਸੀਂ ਪੁਰਾਣੇ ਪੱਤਰਾਂ 'ਚ ਲਿਖਦੇ ਹਾਂ, ਦੇਖਦੇ ਹਾਂ ਵੀ ਜੋ ਆਪਣਾ ਜੋ ਸੈਂਡਰਸ, ਯਾਨੀ ਜੋ ਭੇਜਣ ਵਾਲੇ ਦਾ ਜੋ ਪਤਾ ਹੈ ਉਹ ਪਹਿਲੇ ਉੱਪਰ ਆਉਂਦਾ,
ਉੱਥੇ ਆਪਣੇ ਘਰ ਦਾ ਪਤਾ, ਆਪਣੇ ਪਿੰਡ ਦਾ ਪਤਾ, ਆਪਣੀ ਸੰਸਥਾ ਦਾ ਪਤਾ ਲਿਖਿਆ ਜਾਂਦਾ। ਪਰ ਸਭ ਤੋਂ ਈਜ਼ੀ ਜੋ ਗੱਲ ਹੈ ਨਾ ਉਹ ਹੈਗੀ ਹੈ, ਇੱਥੇ ਸਿਰਫ ਪ੍ਰੀਖਿਆ ਭਵਨ ਲਿਖੋ, ਨਵੀਂ ਦਿੱਲੀ ਲਿਖੋ, ਪ੍ਰੀਖਿਆ ਭਵਨ ਲਿਖੋ ਜਾਂ ਪੰਜਾਬ ਲਿਖੋ, ਆਪਣੇ ਸ਼ਹਿਰ ਦਾ ਨਾਮ ਲਿਖੋ, ਔਰ ਥੱਲੇ ਕੁਝ ਲਿਖਣ ਦੀ ਲੋੜ ਨਹੀਂ। ਉਸ ਤੋਂ ਫਿਰ ਥੱਲੇ ਲਿਖੋਗੇ ਮਿਤੀ, ਮਿਤੀ ਯਾਨੀ ਡੇਟ, ਯਾਨੀ ਅੱਜ ਦੀ ਤਾਰੀਖ, ਜਿਸ ਤਰੀਕ ਨੂੰ ਤੁਸੀਂ ਪੇਪਰ ਕਰ ਰਹੇ ਹੋ ਉਸ ਮਿਤੀ ਨੂੰ ਤੁਸੀਂ ਉਸ ਰਾਈਟ ਸਾਈਡ 'ਤੇ ਲਿਖ ਦਿਓ। ਨਵੇਂ ਐਗਜ਼ਾਮ ਨਵੇਂ ਪੈਟਰਨ ਦੀ ਗੱਲ ਕਰਦੇ ਹਾਂ ਤਾਂ ਤੁਸੀਂ LPO-88 'ਤੇ ਦੇਖੋਗੇ ਕਿ ਜੋ ਸੈਂਟਰਸ ਦਾ ਪਤਾ ਉਹ ਵੀ ਲੈਫਟ ਸਾਈਡ ਹੈ। ਕਿੱਥੇ ਲਿਖਣਾ ਹੈ ਕੋਈ ਡਾਊਟ ਨਹੀਂ ਕਰਨਾ, ਜਿੱਥੇ ਤੁਹਾਨੂੰ ਪਤਾ, ਜਿੱਥੇ ਤੁਹਾਡੀ ਮੈਮ ਨੇ ਜਾਂ ਸਰ ਨੇ ਕਰਾਇਆ ਤੁਸੀਂ ਉਸ ਪਾਸੇ ਲਿਖਣਾ। ਦੂਜੀ ਗੱਲ ਆਉਂਦੀ ਹੈ ਪਤੇ ਅਤੇ ਮਿਤੀ ਤੋਂ ਬਾਅਦ ਸੰਬੋਧਨ ਯਾਨੀ ਸਤਿਕਾਰ, ਯਾਨੀ ਵਿਸ਼ਾ ਉਹਦੇ ਨਾਲ ਐਡ ਹੁੰਦਾ। ਜਿਵੇਂ ਅਸੀਂ ਕਹਿੰਦੇ ਹਾਂ ਸਤਿਕਾਰਯੋਗ ਪਿਤਾ ਜੀ ਹੋ, ਮਾਣਯੋਗ ਮਾਮਾ ਜੀ ਹੋ, ਇਸ ਤੋਂ ਇਲਾਵਾ ਅਸੀਂ ਕਹਿੰਦੇ ਸ਼੍ਰੀਮਾਨ ਜੀ ਹੋ, ਜੋ ਤੁਸੀਂ ਰਸਮੀ ਪੱਤਰ ਜਾਂ ਵਪਾਰਕ ਜਾਂ ਸਰਕਾਰੀ ਲਿਖਦੇ ਹਾਂ, ਠੀਕ ਹੈ। ਅਤੇ ਸਤਿ ਸ਼੍ਰੀ ਅਕਾਲ ਜਾਂ ਨਮਸਕਾਰ ਅਸੀਂ ਜਿਹੜੇ ਗੈਰ ਰਸਮੀ ਪੱਤਰਾਂ 'ਚ ਲਿਖਦੇ ਹਾਂ, ਯਾਨੀ ਘਰੇਲੂ ਨਿੱਜੀ ਪੱਤਰਾਂ 'ਚ ਲਿਖਦੇ ਹਾਂ, ਪਰੰਤੂ ਅਸੀਂ ਕਿਸੇ ਅਧਿਕਾਰੀ ਨੂੰ, ਕਿਸੇ ਮਹਿਕਮੇ ਦੇ ਮੁਖੀ ਨੂੰ ਲਿਖਦੇ ਹਾਂ ਤਾਂ ਫਿਰ ਸਤਿ ਸ਼੍ਰੀ ਅਕਾਲ ਵਗੈਰਾ ਵਾਲੇ ਸ਼ਬਦ, ਨਿੱਜੀ ਸ਼ਬਦ ਜਿਹੜੇ ਅਸੀਂ ਉਹ ਨਹੀਂ ਵਰਤਦੇ, ਸਿਰਫ ਔਪਚਾਰਿਕ ਜਾਂ ਰਸਮੀ ਸ਼ਬਦਾਂ ਦੀ ਹੀ ਵਰਤੋਂ ਕਰਦੇ ਹਾਂ। ਅਤੇ ਉਸ ਤੋਂ ਬਾਅਦ ਜਿਹੜੇ ਘਰੇਲੂ ਪੱਤਰ ਨੇ ਗੈਰ ਰਸਮੀ, ਉਹਨਾਂ 'ਚ ਵਿਸ਼ਾ ਟੋਪਿਕ ਲਿਖਣ ਦੀ ਲੋੜ ਨਹੀਂ ਹੈ, ਕਿਉਂਕਿ ਉਸ ਵਿੱਚ ਅਸੀਂ ਕੋਈ ਸਰਕਾਰੀ ਚਿੱਠੀ ਨਹੀਂ ਲਿਖ ਰਹੇ। ਹਾਂ, ਜੇ ਅਸੀਂ ਪੰਚਾਇਤ ਬਲਾਕ ਇਹਨਾਂ 'ਚ ਕਿਸ ਨੂੰ ਲਿਖਣੀ ਹੈ, ਇਹਨਾਂ 'ਚ ਕਿਸ ਨੂੰ ਪ੍ਰਿੰਸੀਪਲ ਨੂੰ ਲਿਖਣੀ ਹੈ, ਹੈੱਡ ਮਾਸਟਰ ਨੂੰ ਲਿਖਣੀ ਹੈ, ਸਾਨੂੰ ਉਸ ਵਿੱਚ ਇੱਕ ਛੋਟਾ ਜਿਹਾ ਵਿਸ਼ਾ ਪਾਉਣਾ ਪਏਗਾ ਤਾਂ ਕਿ ਉਸਨੂੰ ਦੇਖਦੇ ਸਰ ਪਤਾ ਲੱਗ ਜਾਏ ਇਹ ਜੋ ਪੱਤਰ ਇਸ ਮਕਸਦ ਲਈ ਲਿਖਿਆ ਗਿਆ। ਇਸ ਕਰਕੇ ਵਿਸ਼ਾ ਲਿਖਣਾ ਜ਼ਰੂਰੀ ਹੈ ਰਸਮੀ ਪੱਤਰਾਂ ਵਿੱਚ, ਯਾਨੀ ਫੋਰਮਲ ਪੱਤਰਾਂ ਵਿੱਚ। ਉਸ ਤੋਂ ਬਾਅਦ ਆਉਂਦੀ ਸਾਰੀ ਪੱਤਰ ਦੀ ਸਮੱਗਰੀ, ਉਹ ਨਿੱਜੀ ਪੱਤਰਾਂ 'ਚ ਕਿੱਦਾਂ ਕਰਾਂਗੇ ਔਰ ਜੋ ਰਸਮੀ ਪੱਤਰ ਉਹ 'ਚ ਕਿੱਦਾਂ ਕਰਾਂਗੇ, ਇਹ ਵੀ ਅਸੀਂ ਡਿਸਕਸ ਕਰਾਂਗੇ। ਔਰ ਉਸ ਤੋਂ ਬਾਅਦ ਸਮਾਪਤੀ ਆਉਂਦੀ ਹੈ, ਮੈਨੂੰ ਆਸ ਹੈ। ਇਸ ਤੋਂ ਇਲਾਵਾ ਥੱਲੇ ਦਸਤਖਤ, ਦਸਤਖਤ ਦਾ ਮਤਲਬ ਹੈ ਵੀ ਆਪਣਾ ਨਾਂ, ਔਰ ਜੇ ਹੋ ਸਕੇ ਤਾਂ ਥੱਲੇ ਨਾਂ ਦੇ ਥੱਲੇ ਆਪਣਾ ਪਤਾ, ਕਿਉਂਕਿ ਪਤਾ ਅਸੀਂ ਉੱਪਰ ਲਿਖ ਚੁੱਕੇ ਹਾਂ ਲੈਫਟ ਸਾਈਡ ਜਾਂ ਰਾਈਟ ਸਾਈਡ, ਇਸ ਕਰਕੇ ਦੁਬਾਰਾ ਪਤਾ ਲਿਖਣ ਦੀ ਲੋੜ ਨਹੀਂ। ਥੱਲੇ ਸਿਰਫ ਆਪਣੇ ਦਸਤਖਤ, ਦਸਤਖਤ ਦਾ ਮਤਲਬ ਆਪਣਾ ਨਾਮ। ਇਸ ਤਰ੍ਹਾਂ ਅਸੀਂ ਆਪਣੇ ਪੁੱਤਰ ਨੂੰ ਪੂਰਾ ਕਰਦੇ ਹਾਂ। ਅਤੇ ਇਸ ਦੀਆਂ ਵਿਧੀਆਂ ਕੀ ਨੇ, ਅਤੇ ਵਿਧੀਆਂ ਦੀ ਜਦੋਂ ਗੱਲ ਕਰਦੇ ਹਾਂ ਤਾਂ ਲਿਖਣ ਤੋਂ ਪਹਿਲੇ ਸਾਨੂੰ ਆਪਣੇ ਮਨ 'ਚ ਪੂਰਾ ਪੈਟਰਨ ਬਣਾ ਲੈਣਾ ਚਾਹੀਦਾ ਵੀ ਅਸੀਂ ਪੱਤਰ ਕਿਸ ਨੂੰ ਲਿਖ ਰਹੇ ਹਾਂ, ਉਸੀ ਸਾਨੂੰ ਕੀ ਲਿਖਣਾ ਔਰ ਕੀ ਕੁਝ ਨਹੀਂ ਲਿਖਣਾ, ਔਰ ਪੱਤਰ ਦੀ ਜੋ ਜੁਗਤ ਹੈ ਉਸਨੂੰ ਅਸੀਂ ਸਹੀ ਤਰੀਕੇ ਨਾਲ ਲਿਖਦੇ ਹਾਂ। ਅਤੇ ਆਮ ਸੁਝਾਅ ਹੈ ਵੀ ਲਿਖਾਈ ਸੁੰਦਰ ਹੋਣੀ ਚਾਹੀਦੀ ਹੈ, ਭਾਸ਼ਾ ਇੱਕਦਮ ਸਪੱਸ਼ਟ ਹੋਣੀ ਚਾਹੀਦੀ ਹੈ ਔਰ ਮਿਆਰੀ ਸਟੈਂਡਰਡ ਦੀ ਭਾਸ਼ਾ ਹੋਣੀ ਚਾਹੀਦੀ ਹੈ, ਅਤੇ ਇਸ 'ਚ ਆਪਣਾ ਸਿਰਨਾਮਾ ਔਰ ਪਤਾ ਠੀਕ ਹੋਣਾ ਚਾਹੀਦਾ ਜਿਸ ਨੂੰ ਅਸੀਂ ਭੇਜ ਰਹੇ ਹਾਂ, ਜਿੱਥੋਂ ਅਸੀਂ ਭੇਜ ਰਹੇ ਹਾਂ ਇਹ ਨਹੀਂ ਸੈਂਡਰਸ ਐਡਰੈਸ, ਔਰ ਜਿਸਨੇ ਪ੍ਰਾਪਤ ਕਰਨਾ ਉਸ ਐਡਰੈਸ, ਠੀਕ ਠੀਕ ਪਹਿਲੇ ਉਸਦਾ ਨਾਮ ਆਏਗਾ, ਉਸ ਤੋਂ ਬਾਅਦ ਉਸਦਾ ਪਤੇ ਦਾ ਨੰਬਰ ਆਏਗਾ, ਉਸਦਾ ਮਕਾਨ ਦਾ ਨੰਬਰ ਆਏਗਾ, ਉਸ ਤੋਂ ਬਾਅਦ ਫਿਰ ਉਸਦੀ ਗਲੀ ਮੁਹੱਲੇ ਦਾ ਨਾਮ ਆਏਗਾ, ਫਿਰ ਉਸ ਕਲੋਨੀ ਦਾ ਨਾਮ ਆਏਗਾ, ਉਸ ਤੋਂ ਬਾਅਦ ਥੱਲੇ ਉਸਦੇ ਜਿਹੜਾ ਪ੍ਰਾਂਤ ਯਾਨੀ ਜਿੱਦਾਂ ਪੰਜਾਬ ਹੈ, ਦਿੱਲੀ, ਉਹ ਫਿਰ ਉਸ ਤੋਂ ਬਾਅਦ ਜਿਹੜਾ ਦੇਸ਼ ਯਾਨੀ ਭਾਰਤ। ਇਸ ਤਰ੍ਹਾਂ ਜਿਹੜਾ ਉਸਦਾ ਪ੍ਰੋਪਰ ਪੈਟਰਨ ਹੈ, ਜੇ ਅਸੀਂ ਪਹਿਲੇ ਦਿੱਲੀ ਲਿਖ ਕੇ ਫਿਰ ਉਸ ਤੋਂ ਬਾਅਦ ਮਕਾਨ ਨੰਬਰ ਫਿਰ ਥੱਲੇ ਗਲੀ ਨੰਬਰ ਲਿਖਾਂਗੇ ਤਾਂ ਇਸ ਤਰ੍ਹਾਂ ਜਿਹੜਾ ਨਾ ਉਹ ਠੀਕ ਨਹੀਂ ਹੋਏਗਾ, ਅਤੇ ਇਸਦਾ ਪ੍ਰੋਪਰ ਪੈਟਰਨ ਅਸੀਂ ਅਡੋਪਟ ਕਰਨਾ, ਇਸ ਨੂੰ ਸਵੀਕਾਰ ਕਰਨਾ। ਖਾਸ ਸੁਝਾਅ ਨੇ ਵੀ ਇਸਦੇ ਭਾਗਾਂ ਦੇ ਬਾਰੇ, ਭਾਗਾਂ ਦਾ ਮਤਲਬ ਵੀ ਇਸਦਾ ਆਦਿ ਕੀ ਹੋਣਾ ਚਾਹੀਦਾ, ਇਸਦਾ ਮੱਧ ਕੀ ਹੋਣਾ ਚਾਹੀਦਾ, ਇਸਦਾ ਅੰਤ ਕੀ ਹੋਣਾ ਚਾਹੀਦਾ, ਔਰ ਪੱਤਰ ਕਿਸ ਤਰ੍ਹਾਂ ਪ੍ਰਭਾਵਸ਼ਾਲੀ ਹੋਏ। ਕਈ ਪੱਤਰ ਇੰਨੇ ਪ੍ਰਭਾਵਸ਼ਾਲੀ ਹੁੰਦੇ ਲਿਖਾਵਟ ਦੇ ਤੌਰ 'ਤੇ ਔਰ ਮੈਸੇਜ ਦੇ ਤੌਰ 'ਤੇ ਵੀ ਪੜ੍ਹਨ ਵਾਲਾ ਉਸਨੇ ਉਸੇ ਸਮੇਂ ਟਿੱਕ ਕਰਕੇ ਉਸਨੂੰ ਯੈਸ ਕਰਕੇ ਉਸ ਦੇ ਉੱਤੇ ਅਮਲ ਕਰ ਦਿੰਦਾ। ਪਰੰਤੂ ਕਈ ਪੱਤਰ ਇਸ ਤਰ੍ਹਾਂ ਦੇ ਲਿਖੇ ਹੁੰਦੇ ਜਿਸ ਨੂੰ ਪੜ੍ਹਨਾ ਵੀ ਮੁਸ਼ਕਲ ਹੈ, ਉਸ ਦੇ ਉੱਤੇ ਕਾਰਵਾਈ ਕਰਨਾ ਵੀ ਬਹੁਤ ਮੁਸ਼ਕਲ ਹੈ, ਉਸਨੂੰ ਐਕਸੈਪਟ ਕਰਨਾ ਵੀ ਬੜਾ ਮੁਸ਼ਕਲ ਹੋ ਜਾਂਦਾ। ਇਸ ਕਰਕੇ ਵਿਦਿਆਰਥੀ ਨੂੰ ਬੇਨਤੀ ਹੈ ਕਿ ਆਪਣੇ ਪੱਤਰ ਲਿਖਣ ਸਮੇਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਨ ਵਿੱਚ ਧਿਆਨ ਵਿੱਚ ਰੱਖਣ। ਹੁਣ ਅਸੀਂ ਗੱਲ ਕਰਦੇ ਹਾਂ ਆਪਣੇ ਪਹਿਲੇ ਪੱਤਰਾਂ ਦੀ ਗੱਲ, ਰਸਮੀ ਚਿੱਠੀਆਂ ਵਿੱਚ ਸਕੂਲੀ ਪੱਤਰ ਕਿਵੇਂ ਲਿਖੇ ਜਾਂਦੇ ਨੇ।